सच कहे नायक चेते मन चेते मन सच कहे सच कहना चेतरे मन सच कहना चेतरे मन Yeah.
चले छोड़ दे मन
ਸ਼ਬਦਾਂ ਦੀ ਸਮਾਪਤੀ ਹੋ ਜਾਏ। ਛੰਤ ਜਿੰਨੇ ਨੇ ਉਹ ਚਾਰ ਚਾਰ ਪਦਾਂ ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਅਜੀਬ ਸ਼ਬਦ ਦੀ ਬਣਤਰ ਹੈ। ਸ਼ਬਦ ਦੇ ਅਖੀਰ ਦੀ ਲਾਈਨ ਬਿਲਕੁਲ ਸੰਬੋਧਨ ਕਰਕੇ ਹੈ।
ਸੁਣ ਹਰ ਨਾ ਕਰ ਲਿਆ। ਆਖਰੀ ਲਾਈਨ ਹੈ, ਸੱਚ ਕਹੇ ਨਾਨਕ ਚੇਤਰੇ ਮਨ ਮਰੇ ਹਰ ਨਾ ਕਰ ਲਿਆ। ਬੰਤਰ, ਸੱਚ ਕਹੇ ਨਾਨਕ, ਨਾਨਕ ਤੈਨੂੰ ਸੱਚ ਆਖਦਾ। ਗੁਰੂ ਨਾਨਕ ਨੂੰ ਆਪ ਖੁਦ ਇਹ ਗੱਲ ਆਖਣੀ ਪੈ, ਦੁਹਰਾ ਕੇ ਸਟ੍ਰੈਸ ਕਰਕੇ, ਮੈਂ ਤੈਨੂੰ ਸੱਚ ਆਖਣਾ, ਤਾਂ ਇਹ ਸਾਡੇ ਜੀਵਨ ਤੇ ਉਲੰਭਾ ਹੈ। ਇਹਦਾ ਮਤਲਬ ਗੁਰੂ ਨਾਨਕ ਇਹ ਮਹਿਸੂਸ ਕਰਦਾ ਵੀ ਹੋ ਸਕਦਾ ਮੇਰੀ ਗੱਲ ਨੂੰ ਇਹ ਸੱਚ ਨਾ ਮੰਨੇ। ਆਪਾਂ ਜਿਹਦੇ ਮਨ ਅੰਦਰ ਥੋੜ੍ਹਾ ਜਿਹਾ ਵੀ ਸ਼ੱਕ ਹੋਵੇ ਨਾ, ਉਪਰੀ ਨਿਗਾਹ ਨਾਲ ਸਾਡੀ ਗੱਲ ਸੁਣੇ, ਅਸੀਂ ਆਖਦੇ ਹਾਂ ਮੈਂ ਤੈਨੂੰ ਸੱਚ ਕਹਿਣਾ। ਪਹਿਲੇ ਸ਼ਬਦ ਮਰੇ ਹਰ ਨਾ ਕਾਲਿਆ ਦੇ ਨਾਲ, ਤੇ ਮੈਂ ਅਰਜ਼ ਕੀਤੀ ਸੀ ਕਾਲੇ ਹਰਨ ਦਾ ਮਕਸਦ ਸਪੈਸ਼ਲ, ਜਦੋਂ ਕਾਲਾ ਹਰਨ ਆਖਿਆ ਗਿਆ ਇਸ ਲਈ ਕਿਉਂਕਿ ਉਹਦੇ ਕੋਲ ਇੱਕ ਗਨੀਮਤ ਹੈ ਕਸਤੂਰੀ। ਦੁਨੀਆਂ ਦੇ ਹੋਰ ਹਰਨ ਮਰਦੇ ਹੀ ਨੇ, ਸ਼ਿਕਾਰੀ ਮਾਰਦੇ ਹੀ ਨੇ, ਪਰ ਉਹਨਾਂ ਕੋਲ ਕਸਤੂਰੀ ਨਹੀਂ ਹੁੰਦੀ। ਇਹਦੇ ਮਰਨ ਦਾ ਦੁੱਖ ਹੈ ਕਿਉਂਕਿ ਇਹਦੇ ਕੋਲ ਕਸਤੂਰੀ ਹੈ। ਇਸ ਲਈ ਮੁਖਾਤਬ ਕੀਤਾ ਨੇ, ਸੱਚ ਕਹੇ ਨਾਨਕ ਚੇਤਰੇ ਮਨ ਮਰੇ ਹਰ ਨਾ ਕਾਲਿਆ। ਤੇ ਦੂਜੇ ਛੰਤ ਵਿੱਚ ਬਿਲਕੁਲ ਇਹੋ ਹੀ ਫੈਸਲਾ, ਸੱਚ ਕਹੇ ਨਾਨਕ ਚੇਤਰੇ ਮਨ ਮਰੇ ਭਵਰਾ ਕਾਲਿਆ। ਉੱਥੇ ਵੀ ਕਾਲਿਆ ਤੇ ਭਵਰਾ, ਕਿਉਂਕਿ ਬਾਕੀ ਭੂਮੀ ਜਿਹੜੇ ਨੇ ਉਹ ਕਾਲੇ ਨਹੀਂ ਹੁੰਦੇ। ਭਵਰ ਜਿਹੜਾ ਖੁਸ਼ਬੂ ਨਾਲ ਸੰਬੰਧ ਰੱਖਦਾ ਹੈ, ਬਦਬੂ ਦੇ ਨੇੜੇ ਨਹੀਂ ਜਾਂਦਾ, ਇਹ ਗੱਲ ਵੱਖਰੀ। ਉਹਨੂੰ ਖੁਸ਼ਬੂ ਦੀ ਪਛਾਣ ਨਹੀਂ, ਸੱਜਣ ਦੁਸ਼ਮਣ ਵਿਆਖਿਆ ਆ ਚੁੱਕੀ। ਇਸ ਲਈ ਉਹ ਕਿਸੇ ਨੂੰ ਸੱਜਣ ਸਮਝ ਕੇ ਉਸੇ ਹੀ ਫੁੱਲ ਦੀ ਖੁਸ਼ਬੂ ਵਿੱਚ ਆਪਾ ਗੁਆ ਬੈਠਦਾ। ਗੁਰੂ ਨਾਨਕ ਆਖਦੇ ਨੇ ਸੱਚ ਰੇ, ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਭਵਰਾ ਕਾਲਿਆ। ਅੱਜ ਤੀਜਾ ਛੰਦ ਹੈ, ਅਗਲੇ ਹਫ਼ਤੇ ਦੇ ਕੀਰਤਨ ਤੋਂ ਬਾਅਦ ਦਾਸ ਨੇ ਤੁਹਾਡੇ ਕੋਲੋਂ ਇਜਾਜ਼ਤ ਵੀ ਲੈ ਲੈਣੀ ਹੈ, ਇਸ ਲਈ ਕੁਦਰਤੀ ਇਹ ਚਾਰ ਛੰਦ ਅਗਲੀ ਵਾਰ ਸਮਾਪਤ ਹੋ ਜਾਣਾ। ਹੁਣ ਇਸ ਵਾਰ ਵੀ ਲਫ਼ਜ਼ ਬੜੇ ਨੇੜੇ ਟੁੱਟਦੇ ਨੇ। ਪਹਿਲੇ ਹਰਨ ਨੂੰ ਮੁਖਾਤਬ ਕੀਤਾ ਨੇ, ਮੁੜ ਭਵਰ ਨੂੰ ਮੁਖਾਤਬ ਕੀਤਾ ਨੇ, ਅੱਜ ਇੱਕ ਜੀਵਨ ਦੇ ਉਸ ਪਹਿਲੂ ਨੂੰ ਮੁਖਾਤਬ ਕਰ ਰਹੇ ਨੇ ਜਿਹੜਾ ਕਿਸੇ ਇੱਕ ਨਾਲ ਨਹੀਂ ਤੇ ਕਦੋਂ ਕਿਸੇ ਨਾਲ ਵੀ ਬਣ ਸਕਦਾ। ਉਹਨੂੰ ਕਹਿੰਦੇ ਨੇ ਪਰਦੇਸੀ। ਅੱਜ ਲਫ਼ਜ਼ ਸੰਬੋਧਨ ਦਾ ਹੈ ਪਰਦੇਸੀ। ਜਿਵੇਂ ਆਪਾਂ ਕਾਲੇ ਹਰਨ ਬਾਰੇ ਸੋਚਿਆ ਹੈ, ਭਵਰ ਬਾਰੇ ਸੋਚਿਆ, ਕਾਲੇ ਭਵਰ ਬਾਰੇ, ਅੱਜ ਸਾਨੂੰ ਪਰਦੇਸੀ ਬਾਰੇ ਵੀ ਸੋਚਣਾ ਪਏਗਾ। ਗੁਰੂ ਨਾਨਕ ਦੀ ਨਿਗਾਹ ਵਿੱਚ ਤੇ ਆਮ ਕਰਕੇ ਦੁਨਿਆਵੀ ਨਿਗਾਹ ਵਿੱਚ ਵੀ ਪਰਦੇਸੀ ਲਫ਼ਜ਼ ਨੂੰ ਸਮਝਣਾ ਬਹੁਤ ਆਸਾਨ ਹੈ। ਇਹ ਲਫ਼ਜ਼ ਆਪਣੇ ਵਿੱਚ ਹੀ ਵਿਆਖਿਆ ਲਈ ਬੈਠਾ ਹੈ। ਦੇਸ਼ ਦਾ ਮਤਲਬ ਵਤਨ, ਪਰ ਦਾ ਮਤਲਬ ਪਰਾਇਆ। ਲਫ਼ਜ਼ ਇਕੱਠਾ ਕਰੀਏ ਪਰਦੇਸ ਬਣ ਜਾਂਦਾ ਹੈ, ਤੇ ਉਹਦੇ ਵਿੱਚ ਵਸਣ ਵਾਲਾ ਪਰਦੇਸੀ ਉਹ। ਇਹਨਾਂ ਦੋਹਾਂ ਲਫ਼ਜ਼ਾਂ ਨੂੰ, ਪਰ ਨੂੰ ਤੇ ਦੇਸ਼ ਨੂੰ ਇਕੱਠਾ ਕਰੀਏ
प्रदेश बनता है। इसका मतलब पराए देश का वसनीक। हम गुरबाणी को पूछिए जी पराया देश किवें हुंदा है। देश तो देश है, किवें हुंदा है? मनुख ने किसी देश में वसना भी है। असीं भी अपनी जिंदगी में दो तीन देश बदल चुके हैं। किनू असीं अपना आखिए तो किनू बेगाना आखिए? पहला लेंदे पंजाब वाल हुंदे आ, उन्हों असीं अज पाकिस्तान आख दिता, वह हुण परदेस हो गया। पुश्तां तों उत्थे वसण वाले लोग हिंदुस्तान विच आ गए, इन्हों उन्हें अपना देश मन लिया। लेकिन मनन लग्या जिहड़ा ख्याल पिछे काम करता है ना, उनका जिक्र गुरु नानक ने किया। पाकिस्तान तो लोग क्यों आए? सदियों तो बस रहे सन, पुश्तां गुजर गई सन, उत्थे जायदादां सन, उत्थे कारोबार सन। मुरब्बियां दे हिसाब नाल एक एक व्यक्ति को जमीन सी, धरती सी। देश नूं छड्ड के दूजे देश विच क्यों आए? उन पर देश क्यों बना दिता? हिंदुस्तान विच आए, उत्थे भी कुछ हालात बदले, ते बदले हुए हालातां विच उन्हों छड्ड के तुसीं इत्थे आ गए। पर देश तो परदेस ही है, इत्थे आ गए। आखिर तुसी कदे देखियो किसी चीज की घाट ही अगा तोर दी है मनुख नूं? अगे कुछ लभदा ना, मनुख ढूंढदा है, ते उहदे पिछे किसी चीज की घाट खलोती होंदी। इत्थे मैनूं आ नहीं मिलदी, उत्थे मिलदी। असी अपनी लाइफ विच ही तीन देश बदल लै। हुण गुरु कोलों पुछिए जी तुहाडी निगाह विच आखिर ये बदलन का कारण की है? वो देश जिहड़ा कल तक अपना हो गए, उहनूं असीं अज परदेस बना लईए, भावें वो पाकिस्तान है भावें हिंदुस्तान है। अपना ना रखिए, परदेस कर लईए, तां क्यों? गुरु ने दुआरफी जवाब दिता, कहन लगे जिथे मेरे सामने एक सवाल खड़ा हो जाए कि मैं अपने दुखां दी भर के लियांदी हुई गठड़ी गंड किते अगे खोलां, कोई सुनने वाला नहीं। कोई सुनने वाला नहीं, दुखी पर आया, जगत सब आया, सारा संसार मेरे को दुखां दी गंठड़ी, कोई मेरे दुखां नूं जानदा ही नहीं। कौन जाने कि मेरी है? लो, इसलिए जिथे मेरे दुख नूं सुनन वाला कोई ना होवे, कोई अदालत, कोई कानून, कोई बादशाह मेरी कूक पुकार ना सुनन वाला होवे, मेरे वास्ते ओ देश पर आया। बड़ा संखेप जिहा गुरु ने जवाब दे दिता, कहन लगी इहो परदेस। बल्कि मैं हैरान होया, बाबा नामदेव जी ने भी जदों एक गल कही ना, उन्होंने भी इहो जिक्र किया, कहन लगी मैं बेगमपुरा नूं अब मोए खूब वतन। वतन का मतलब भी देश है। अब मुझे खूब वतन कह पाई क्यों कहना? इसलिए क्योंकि वह खैर सदा मेरे पाए, क्योंकि गलते खैर ते खड़ोती है, खुशी खैर खेड़ा। जिथे मनुख खुशी का जीवन ना बिता सके, दुखां दीआं पंडां वड्डीआं हुंदीआं जाण,
ਉਹ ਦੇਸ਼ ਆਪਣਾ ਕਿਵੇਂ ਹੋਇਆ। ਨਾਮਦੇਵ ਕਹਿੰਦਾ ਮੈਂ ਇਸ ਦੇਸ਼ ਦਾ ਵਸਨੀਕ ਹੋਣਾ ਆਪਣੇ ਆਪ ਵਿੱਚ ਫਖਰ ਕਿਉਂ ਸਮਝਣਾ, ਕਿਉਂਕਿ ਇੱਥੇ ਖੈਰ ਹੈ, ਲਗਭਗ ਉੱਥੇ ਵੀ ਖੈਰ ਹੈ। ਮੈਨੂੰ ਇਹ ਦੇਸ਼ ਤੇ ਪ੍ਰਦੇਸ਼ ਦੀ ਵਿਆਖਿਆ ਹੈ ਗੁਰਬਾਣੀ ਵਿੱਚ। ਹੁਣ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਹੈ ਇਸ ਵਿਆਖਿਆ ਨੂੰ ਤੁਹਾਡੇ ਸਾਹਮਣੇ ਰੱਖਣਾ, ਬਲਕਿ ਇੱਕ ਹੋਰ ਸ਼ਬਦ ਵਿੱਚ ਬੜੀ ਖੂਬਸੂਰਤ ਗੱਲ ਸਤਿਗੁਰੂ ਨੇ ਮੁਖਾਤਬ ਕਰਕੇ ਆਖੀ, ਸਿੱਧਾ ਮੁਖਾਤਬ ਕਰਕੇ ਪਰਦੇਸੀ ਕਹਿਣ ਲੱਗੇ, ਓਏ ਪਰਦੇਸੀਆ। ਇੱਥੇ ਹਰ ਸ਼ਬਦ ਹਰ ਲਾਈਨ ਦੇ ਅੱਗੇ ਅਖੀਰ ਤੇ ਹਾਂ ਲਫ਼ਜ਼ ਹੈ, ਓਏ ਪਰਦੇਸੀਆ। ਸੁਣਤ ਸੰਦੇਸਿਆ, ਮੇਰਾ ਸੁਣਿਆ ਸੁਣ ਲੈ, ਪਰਦੇਸ ਵਿੱਚ ਆ ਗਿਆ ਹੈ, ਪਰਦੇਸ ਵਿੱਚ ਆ ਗਿਆ ਹੈ। ਇੱਥੇ ਬੜੀ ਸਮਝਦਾਰੀ ਨਾਲ ਕਦਮ ਪੁੱਟਣਾ, ਇੱਥੇ ਰਹਿਣਾ ਕੋਈ ਆਸਾਨ ਨਹੀਂ, ਸੌਖਾ ਨਹੀਂ। ਗੁਰੂ ਨਾਨਕ ਸੰਦੇਸ਼ ਪਰਦੇਸੀ ਨੂੰ ਸੰਦੇਸ਼ ਸੁਣਿਆ ਦਿੰਦਾ, ਕਹਿੰਦੇ ਨੇ ਓਏ ਪਰਦੇਸੀਆ ਹਾਂ, ਸੁਣ ਤੇ ਸੰਦੇਸਿਆ ਹਾਂ, ਜਾਸਿਓ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜਿਉਂ ਭਏ ਹਾਂ। ਕਹਿਣ ਲੱਗੇ ਮੈਂ ਤੈਨੂੰ ਇੱਕ ਗੱਲ ਸਮਝਾ ਦਿਆਂ, ਤੂੰ ਪਰਦੇਸ ਆਇਆ, ਮੇਰਾ ਇੱਕ ਸੁਨੇਹਾ ਸਮਝ ਲੈ, ਮੇਰਾ ਇੱਕ ਸੁਨੇਹਾ ਸਮਝ ਲੈ। ਸੰਤ ਸੰਦੇਸ਼ਿਆ ਜਾਸਿਓ ਰਚ ਰਹੇ ਹਾਂ, ਜਿਨ੍ਹਾਂ ਦੇ ਨਾਲ ਦੋਸਤੀ ਮਿੱਤਰਤਾ, ਜਿਨ੍ਹਾਂ ਦੇ ਨਾਲ ਗਲਵਕੜੀ, ਜਿਨ੍ਹਾਂ ਦੇ ਬੁੱਕਲ ਵਿੱਚ ਰਹਿ ਕੇ ਤੂੰ ਜੀਵਨ ਬਿਤਾਉਣਾ ਚਾਹੁੰਦਾ, ਤੈਨੂੰ ਪਤਾ ਹੋਵੇ ਉਹ ਕਿਸੇ ਦੇ ਨਹੀਂ, ਛੱਡ ਕੇ ਚਲੇ ਜਾਣ ਵਾਲੇ ਨੇ, ਉਹ ਵਫਾਦਾਰੀ ਨਿਭਾਉਣ ਵਾਲੇ ਨਹੀਂ, ਉਹਦੇ ਕੋਲ ਕਿਹੜੀ ਚੇਤਾਵਨੀ। ਅੱਜ ਗਰੀਬਾਂ ਵਿੱਚ ਹੱਥ ਮਾਰਿਓ, ਰਾਤ ਨੇ ਕੀਤੀ ਸੀ, ਸਾਨੂੰ ਆਪਣਾ ਚੁਫੇਰਾ ਬੀਤੀ ਵਰਤਮਾਨ ਬੀਤ ਰਹੀ ਇਹਦੀ ਪੜਚੋਲ ਕਰਨੀ ਹੋਏਗੀ। ਅਸੀਂ ਪਰਦੇਸ਼ ਤਾਂ ਨਹੀਂ ਕੀਤੇ, ਸੰਸਾਰ ਨੂੰ ਮੁਖਾਤਬ ਕੀਤਾ ਗਿਆ, ਦੇਸ਼ ਤੋਂ ਉਸ ਸੰਸਾਰ ਵਿੱਚ ਇੱਕ ਵੱਖ ਵੱਖ ਹਿੱਸੇ ਨੇ, ਸਮੁੱਚੇ ਸੰਸਾਰ ਨੂੰ ਮੁਖਾਤਬ ਕੀਤਾ ਗਿਆ। ਅਸੀਂ ਦੇਖਦੇ ਨੇ, ਮੈਂ ਹੈਰਾਨ ਹੁੰਦਾ, ਦੁੱਖ ਤਾਂ ਇੱਕ ਪਾਸੇ ਰਿਹਾ, ਸਾਡੇ ਸਾਹਮਣੇ ਆ ਪਿਛਲੇ ਮਹੀਨੇ ਦੇ ਅੰਦਰ ਕਿੰਨਾ ਵੱਡਾ ਸੰਘਰਸ਼ ਹੋਇਆ, ਸੈਂਕੜਿਆਂ ਦੀ ਤਾਦਾਦ ਵਿੱਚ ਜ਼ਖਮੀ ਹੋਏ, ਦੋ ਨੌਜਵਾਨ ਕਿਹਨਾਂ ਮਾਵਾਂ ਦੇ ਪੁੱਤਰ ਸ਼ਹੀਦ ਹੋ ਗਏ, ਉਹਨਾਂ ਨੇ ਤਾਂ ਵਾਪਸ ਨਹੀਂ ਆਉਣਾ, ਕਿਸੇ ਸਮਝੌਤੇ ਵਿੱਚ ਉਹਨਾਂ ਦੀ ਕੀਮਤ ਤੇ ਸਾਨੂੰ ਵਸੂਲ ਨਹੀਂ ਹੋਣੀ। ਮੈਨੂੰ ਤੁਹਾਨੂੰ ਹੋ ਸਕਦਾ ਉਹ ਅਹਿਸਾਸ ਨਾ ਹੋਵੇ ਜੋ ਉਸਦੀ ਮਾਂ ਨੂੰ ਹੋਏਗਾ, ਜੋ ਉਹਨਾਂ ਦੇ ਬਾਪ ਨੂੰ ਹੋਏਗਾ, ਜਿਨ੍ਹਾਂ ਦੇ ਬੁਢੇਪੇ ਦਾ ਉਹ ਸਹਾਰਾ ਸਨ। ਫੋਟੋਆਂ ਤਾਂ ਦੇਖੀ ਹੋਈਆਂ, ਤੇ ਜੇ ਇੰਨੇ ਵੱਡੇ ਹਾਦਸੇ ਤੋਂ ਬਾਅਦ ਸਾਡੇ ਆਗੂ ਅਖਵਾਉਣ ਵਾਲੇ ਇੱਕ ਦੂਜੇ ਨਾਲ ਗੱਲ ਕਰਨੀ ਵੀ ਪਸੰਦ ਨਾ ਕਰਨ ਤੇ ਆਪਣੀਆਂ ਆਪਣੀਆਂ ਚੌਧਰਾਂ ਤੇ ਸੁਪਰਮੇਸੀ ਲਈ ਲੜਦੇ ਰਹਿ ਜਾਣ ਤੇ ਕੀ ਆਖਾਂਗੇ, ਉਹ ਵਫਾਦਾਰ ਨੇ ਕੌਮ ਦੇ। ਕੀ ਅਸੀਂ ਐਸੇ ਦੇਸ਼ ਵਿੱਚ ਨਹੀਂ ਆ ਗਏ ਜਿੱਥੇ ਦੇ ਬਾਰੇ ਗੁਰੂ ਨਾਨਕ ਆਖਦੇ ਨੇ, ਜਿਸ ਬਾਰੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ, ਦੁਖੀ ਭਰ ਆਇਆ ਜਗਤ ਸਭਾਇਆ, ਕੌਣ ਜਾਣੇ ਬਿਰਮੀ, ਇੱਕ ਦੂਜੇ ਦਾ ਦੁੱਖ ਨਹੀਂ ਪਛਾਣਦੇ, ਇੱਕ ਦੂਜੇ ਦੀ ਪਰੇਸ਼ਾਨੀਆਂ ਦਾ ਅਹਿਸਾਸ ਕੋਈ ਨਹੀਂ। ਗੁਰੂ ਕਹਿੰਦੇ ਨੇ ਇਸੇ ਦੇ ਨਾਮ ਪਰਦੇਸ,
ਦੇਸ਼ ਤੇ ਪ੍ਰਦੇਸ਼ ਦੀ ਹੋਰ ਕੋਈ ਵੇਖਿਆ ਨਹੀਂ ਜਿੱਥੇ ਤੇਰੇ ਲਈ ਖੈਰ ਨਾ ਹੋਵੇ, ਜਿੱਥੇ ਤੇਰੇ ਲਈ ਖੈਰ ਮੰਗਣ ਵਾਲਾ ਕੋਈ ਨਾ ਹੋਵੇ, ਜਿੱਥੇ ਤੇਰੇ ਲਈ ਖੈਰ ਚਾਹਣ ਵਾਲਾ ਕੋਈ ਨਾ ਹੋਵੇ, ਹਰ ਕੋਈ ਆਪਣੇ ਲਈ ਜੀਉ ਰਿਹਾ ਹੋਵੇ ਤੇ ਆਪਣੇ ਲਈ ਹੀ ਸਭ ਕੁਝ ਕਰ ਰਿਹਾ ਹੋਵੇ। ਐਸੇ ਦੇਸ਼ ਅੰਦਰ ਰਹਿੰਦਿਆਂ, ਐਸੇ ਵਤਨ, ਐਸੇ ਸੰਸਾਰ ਨੂੰ ਤੂੰ ਆਪਣਾ ਦੇਸ਼ ਨਹੀਂ ਆਖ ਸਕਦਾ, ਉਹ ਪ੍ਰਦੇਸ਼ ਹੈ। ਹੁਣ ਇੱਥੇ ਸਤਿਗੁਰੂ ਨੇ ਇੱਕ ਬੜੀ ਖੂਬਸੂਰਤ ਗੱਲ ਆਖੀ। ਕਹਿਣ ਲੱਗੇ ਅਸੀਂ ਇਹੀ ਸਮਝਦੇ ਹਾਂ ਵੀ ਪ੍ਰਦੇਸ਼ ਜਿੱਥੇ ਗਾਇਆ ਸਾਡਾ ਕੋਈ ਮਿੱਤਰ ਨਹੀਂ। ਕੋਸ਼ਿਸ਼ ਕਰੀ ਦੀ ਘਰੋਂ ਕਈ ਵਾਰੀ ਟੈਲੀਫੋਨ ਨੰਬਰ ਦੋਸਤਾਂ ਮਿੱਤਰਾਂ ਦੇ ਲੈ ਕੇ ਆਈ ਦੇ ਨੇ, ਪਰ ਉੱਥੇ ਚਾਰ ਆਦਮੀ ਆਪਣੇ ਮਿਲ ਪੈਣ ਜਿਨ੍ਹਾਂ ਦੇ ਸਾਹਮਣੇ ਮੈਂ ਗਿਆ ਹੋਇਆ ਆਪਣਾ ਦੁੱਖ ਸੁੱਖ ਕਹਿ ਸਕਾਂ, ਮੇਰੀ ਔਕੜ ਵੇਲੇ ਮੇਰਾ ਸਾਥ ਦੇਣ। ਮਕਸਦ ਤਾਂ ਇਹ, ਦੇਸ਼ ਅਤੇ ਪ੍ਰਦੇਸ਼ ਦੇ ਇਹੋ ਹੀ ਫਰਕ ਹੈ। ਆ ਜਾਣ ਵਕਤ ਤੇ ਪੱਕੜ ਪੈਣ। ਤੇ ਗੁਰੂ ਕਹਿੰਦੇ ਨੇ ਇੱਕ ਖਿਆਲ ਕਰੀ, ਜਿਸ ਸੰਸਾਰ ਦੇ ਦੇਸ਼ ਵਿੱਚ ਤੂੰ ਆ ਗਏ, ਇਹ ਸੰਸਾਰ ਵੀ ਇੱਕ ਦੇਸ਼ ਹੈ। ਕਹਿਣ ਲੱਗੇ ਜਿਸ ਸੰਸਾਰ ਦੇ ਦੇਸ਼ ਵਿੱਚ ਤੂੰ ਆ ਗਿਆ, ਇੱਥੇ ਵੀ ਤੇਰਾ ਕੋਈ ਨਹੀਂ। ਆ ਜਿੰਨੇ ਤੂੰ ਰਿਸ਼ਤੇਦਾਰ, ਸੰਬੰਧੀ, ਮਿੱਤਰ, ਦੋਸਤ, ਪਾਰਟੀਆਂ, ਧੜੇ, ਵੱਡੇ ਵੱਡੇ ਧੜੇ ਬਣਾ ਰਿਹਾ ਹੈ ਤੇ ਤੂੰ ਕਹਿਣਾ ਖੌਰੇ ਮੇਰਾ ਚੁਗਿਰਦਾ, ਇਹ ਵਕਤ ਤੇ ਪਰਖਿਆ ਪਤਾ ਲੱਗਦਾ। ਜਿਵੇਂ ਮੈਂ ਹੁਣ ਅਰਜ਼ ਕੀਤੀ ਸੀ, ਅੱਜ ਵੀ ਤੁਸੀਂ ਵਕਤ ਤੇ ਪਰਖ ਰਹੇ ਹੋ, ਦੇਖ ਰਹੇ ਹੋ ਕੌਮ ਦੇ ਆਗੂ ਅਖਵਾਉਣ ਵਾਲੇ ਕੌਮ ਦੀ ਕਿੰਨੀ ਕੁ ਬਾਂਹ ਫੜ ਰਹੇ ਨੇ, ਕਿੰਨੀ ਕੁ ਬਾਂਹ ਫੜ ਰਹੇ। ਗੁਰੂ ਕਹਿੰਦੇ ਨੇ ਪਰ ਇੱਕ ਖਿਆਲ ਕਰੀ, ਤੂੰ ਦੂਜੇ ਦੇਸ਼ ਜਾ ਕੇ ਉੱਥੇ ਮਿੱਤਰ ਢੂੰਡੇਗਾ, ਨਵੇਂ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰੇਗਾ, ਜਿਨ੍ਹਾਂ ਨੂੰ ਅਜੇ ਪਰਖਿਆ ਵੀ ਨਹੀਂ ਹੋਏਗਾ, ਮੈਂ ਤੋਂ ਬੇਵਫਾ ਨਿਕਲਣ, ਤੇਰਾ ਸਾਥ ਨਾ ਦੇਣ। ਇਸੇ ਲਈ ਪਰਦੇਸ ਹੈ ਨਾ ਉਹ। ਤੇ ਕਹਿਣ ਲੱਗੇ ਚੰਗੀ ਗੱਲ ਨਹੀਂ ਜੇ ਤੂੰ ਇੱਕ ਮਿੱਤਰ ਐਸਾ ਬਣਾ ਲੈ ਜਿਹੜਾ ਜਿੱਥੇ ਵੀ ਜਾਏ ਤੇਰੇ ਨਾਲ ਜਾਵੇ, ਤਾਂ ਕਿ ਕੋਈ ਵੀ ਦੇਸ਼ ਤੇਰਾ ਪਰਾਇਆ ਨਾ ਰਹੇ। ਸਤਿਗੁਰੂ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੇਰੇ ਜੀਅੜਿਆ ਪਰਦੇਸੀਆ, ਰੱਬ ਤਾਂ ਤੇਰੇ ਅੰਦਰ ਵੱਸਦਾ, ਜਿੱਥੇ ਤੂੰ ਜਾਣਾ ਉੱਥੇ ਤੇਰੇ ਨਾਲ ਚਲਾ ਜਾਂਦਾ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਹਰ ਥਾਂ ਤੇ ਨਾਲ ਜਾਂਦਾ। ਉੱਥੋਂ ਦਾ ਰੱਬ ਤੇ ਇੱਥੋਂ ਦਾ ਰੱਬ ਕੋਈ ਵੱਖਰਾ ਥੋੜ੍ਹਾ ਹੈ, ਇੱਥੇ ਵੀ ਤੇਰੇ ਨਾਲ ਉਹ ਹੀ ਆਉਂਦਾ। ਮੈਂ ਇੱਕ ਵਾਰ ਕੀਤੀ ਸੀ ਬਿਲਾਸ ਨਾਲ ਵੀ, ਵੀ ਕਦੇ ਕਿਸੇ ਨੇ ਤੁਰਨ ਲੱਗੇ ਇਹ ਨਹੀਂ ਆਖਿਆ ਤੇ ਉੱਥੋਂ ਤੇ ਰੱਬ ਨੂੰ ਮੇਰੀ ਫਤਿਹ ਬੁਲਾ ਦੇਈ, ਉਹਨੂੰ ਪਤਾ ਰੱਬ ਤੇ ਇੱਕੋ ਹੀ ਹੈ। ਜਿਨ੍ਹੇ ਹਰ ਵਕਤ ਤੇਰਾ ਸਾਥ ਦੇਣਾ, ਤੇਰੀ ਪਿੱਠ ਤੇ ਹੱਥ ਧਰਨਾ, ਤੇਰੇ ਸਿਰ ਤੇ ਹੱਥ ਧਰਨਾ, ਤੈਨੂੰ ਸਫਲਤਾ ਤੇ ਕਾਮਯਾਬੀਆਂ ਬਖਸ਼ਣੀਆਂ, ਤੂੰ ਉਹਨੂੰ ਆਪਣਾ ਮਿੱਤਰ ਬਣਾ ਲੈ, ਫਿਰ ਕੋਈ ਵੀ ਦੇਸ਼ ਤੇਰਾ ਪਰਦੇਸ਼ ਨਹੀਂ ਰਹੇਗਾ। ਸੱਚਾ ਸਾਹਿਬ ਮਨ ਵਸੇ ਕੀ ਫਸੇ, ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਇਹਦੀ ਹਾਲਤ ਮੱਛੀ ਵਾਂਗੂ ਜਿਹੜੀ ਜਾਲ ਬੰਧਕ ਦੇ ਜਾਲ ਵਿੱਚ, ਝੀਵਰ ਦੇ ਜਾਲ ਵਿੱਚ ਫਸ ਜਾਂਦੀ। ਝੀਵਰ ਦੇ ਜਾਲ ਵਿੱਚ ਫਸੀ ਹੋਈ ਮੱਛੀ ਮੁੜ ਤੜਪਦੀ ਹੈ, ਰੋਂਦੀ ਹੈ, ਪਰ ਕੁਛ ਅਰਥ ਨਹੀਂ ਆਉਂਦਾ। ਮੱਛਲੀ ਬਿਛੁੰਨੀ ਨੈਣ ਰੁੰਨੀ, ਮਛਲੀ ਬਿਛੁੰਨੀ ਨੈਣ ਰੁੰਨੀ, ਜਾਲ ਬੰਧਕ ਪਾਇਆ। ਬੰਧਕ ਨੇ, ਝੀਵਰ ਨੇ ਜਾਲ ਪਾ ਲਿਆ, ਮਛਲੀ ਪਾਣੀ ਤੋਂ ਵਿਛੜ ਗਈ, ਜਾਲ ਵਿੱਚ ਫਸ ਗਈ। ਅੱਜ ਸਾਡਾ ਕੀ ਹਾਲ, ਅਸੀਂ ਉਸਦੇ ਬੰਧਕ ਦੇ ਜਾਲ ਵਿੱਚ ਫਸੇ ਹੋਏ, ਰੱਬ ਨਾਲੋਂ ਵਿਛੜ ਗਏ, ਗੁਰੂ ਨਾਲੋਂ ਵਿਛੜ ਗਏ।
ਅੱਜ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਚੇਤੇ ਨਹੀਂ ਆਉਂਦੀ, ਇਹਦੀ ਅਗਵਾਈ ਵੀ ਸਾਨੂੰ ਚੰਗੀ ਨਹੀਂ ਲੱਗਦੀ, ਉਸ ਜਾਲ ਪਸਾਰਨ ਵਾਲਿਆਂ ਦੀ ਅਗਵਾਈ ਵਿੱਚ ਅਸੀਂ ਜਿਉਣਾ ਚਾਹੁੰਦੇ ਹਾਂ। ਕਹਿਣ ਲੱਗੇ ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ, ਕਹਿਣ ਲੱਗੇ ਜੇ ਅੰਤ ਅਖੀਰ ਤੇ ਆ ਕੇ ਤੇਰਾ ਭਰਮ ਦੂਰ ਵੀ ਹੋ ਜਾਏ, ਤੈਨੂੰ ਜਾਗ ਵੀ ਆ ਜਾਏ, ਸਭ ਕੁਝ ਗਵਾ ਕੇ ਤੱਕਾ ਦੀ ਹਾਈ, ਉਦੋਂ ਪਤਾ ਵੀ ਲੱਗ ਜਾਏ ਵੀ ਇਹ ਸੰਸਾਰ, ਇਹ ਲੋਕ ਜਿਨ੍ਹਾਂ ਦੇ ਸਹਾਰੇ ਮੈਂ ਗੁਰੂ ਨੂੰ ਭੁੱਲ ਗਿਆ ਸਾਂ, ਉਹ ਫਾਇਦਾ ਨਹੀਂ। ਜੇ ਅਖੀਰ ਤੇ ਜਾਗ ਆ ਵੀ ਜਾਏ ਉਹਦਾ ਕੀ ਫਾਇਦਾ, ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ, ਅਖੀਰ ਤੇ ਆ ਕੇ ਭਰਮ ਮਿਟਿਆ, ਜਦੋਂ ਕਿਸੇ ਪਾਸੋਂ ਪਪਾ ਨਾ ਮਿਲੀ, ਜਦੋਂ ਕਿਸੇ ਪਾਸੋਂ ਸਾਥ ਨਾ ਮਿਲਿਆ, ਫਿਰ ਜਾਗਰਤੀ ਆਈ ਤੇ ਉਹ ਜੀਵਨ ਦਾ ਬਹੁਤ ਕੁਝ ਗਵਾਇਆ ਹੋਇਆ ਕਦੋਂ ਵਾਪਸ ਆਏਗਾ, ਉਹਦੀ ਰਿਟਰਨ ਕੀ ਹੋਏਗੀ। ਕਹਿਣ ਲੱਗੇ ਚੰਗੀ ਗੱਲ ਹੈ, ਪਰਦੇਸੀ ਨਾ ਬਣ, ਪਰਦੇਸ ਕਿਸੇ ਲਈ ਵੀ ਸੁੱਖ ਨਹੀਂ ਹੁੰਦਾ, ਸੁੱਖ ਉਦੋਂ ਹੀ ਹੁੰਦਾ ਜਦੋਂ ਵਫਾਦਾਰੀਆਂ ਦੀ ਚੋਣ ਹੋ ਜਾਏ। ਸਤਿਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖੀ, ਕਹਿਣ ਲੱਗੇ ਗੱਲੀ ਸੋ ਸਰਜਣ ਵੀ ਗੱਲਾਂ ਬਾਰੇ ਤਾਂ ਵੀ ਪੈਦਾ ਹੋ ਗਏ ਤੇ ਗੱਲਾਂ ਨਾਲ ਹੀ ਘਰ ਪੂਰਾ ਕਰਨ ਵਾਲੇ ਬੜੇ ਸਨ, ਪਰ ਇੱਕ ਟੁੰਡੇ ਦੀ ਨਾਲਾ ਇੱਕ ਵੀ ਮੈਨੂੰ ਢੁੰਡਦੇ ਸੱਜਣ ਨਾ ਮਿਲਿਆ, ਜਿਹੜਾ ਦੁੱਖ ਵੇਲੇ ਤੈਨੂੰ ਆਖੇ ਸੱਚ ਕਹੇ ਨਾਨਕ ਚੇਤ ਦੇ ਮਨ ਮਰੇ ਭਵੜਾ ਕਾ ਲਿਆ, ਚੇਤਾਵਨੀ ਜੀਵਨ ਨੂੰ ਚੇਤਾਵਨੀ ਦੇਣੀ, ਅਗਵਾਈ ਕਰਨੀ ਬਹੁਤ ਜ਼ਰੂਰੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਪਰਦੇਸੀ ਨੂੰ ਮੁਖਾਤਬ ਕਰਕੇ ਆਖਿਆ, ਕਹਿਣ ਲੱਗੇ ਭਗਤ ਕਰ ਚੇਤ ਲਾਏ ਹਾਸਿਓ, ਜਿਹੜਾ ਹਰ ਥਾਂ ਤੇ ਤੇਰੇ ਨਾਲ ਰਵੇ, ਵੀ ਤੈਨੂੰ ਤਿਆਗ ਕੇ ਨਾ ਜਾਏ। ਸਤਿਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਕਹਿਣ ਲੱਗੇ ਮੈਂ ਉਹ ਸੱਜਣ ਨੂੰ ਢੂੰਡਣੀ ਹੈ ਜਿਹੜਾ ਮੇਰਾ ਸਾਥ ਦੇਵੇ, ਪਰ ਹੋਇਆ ਉਲਟ, ਹੌਂਕ ਲੈਂਦੀ ਸੱਜਣਾ ਸੱਜਣ ਮੈਂ ਨਾਲ, ਮੈਂ ਸੱਜਣ ਨੂੰ ਤੇ ਮਿੱਤਰਾਂ ਨੂੰ ਢੂੰਡਦੀ ਰਹੀ ਜਿਹੜੇ ਮੇਰੀ ਵਫਾਦਾਰੀ ਨਿਭਾਉਣ, ਜਿਹੜੇ ਦੁੱਖ ਵੇਲੇ ਮੇਰੀ ਬਾਂਹ ਫੜਨ, ਤੇ ਉਹ ਸੱਜਣ ਮੇਰੇ ਕੋਲ ਸੀ, ਮੈਂ ਉਹਨੂੰ ਪਛਾਣਿਆ ਨਾ। ਕਹਿਣ ਲੱਗੇ ਹੌਂ ਟੁੰਡੇਂਦੀ ਸੱਜਣਾ ਸੱਜਣ ਮੇਰੇ ਨਾਲ, ਤੇ ਗੁਰੂ ਉਹ ਚੇਤਾਵਨੀ ਦਿੰਦਾ ਕਹਿੰਦਾ ਭਗਤ ਚਿੰਤਾਵਾਂ, ਕਹਿਣ ਲੱਗੇ ਜੇ ਤੂੰ ਹਰੀ ਨਾਲ ਚਿੱਤ ਲਾ ਲਏ, ਉਹਦੀ ਯਾਦ ਵਿੱਚ ਜੁੜਿਆ ਰਹੇ, ਉਹਦੇ ਨਾਲ ਸੰਬੰਧ ਕਾਇਮ ਕਰ ਲੈ, ਤੇ ਫਿਰ ਇਸ ਪਰਦੇਸ ਦੀ ਚਿੰਤਾ ਛੱਡ ਦੇ, ਤੇ ਉਹ ਪਰਦੇਸ ਨੂੰ ਵੀ ਦੇਸ਼ ਬਣਾ ਦੇਗਾ, ਕਿਉਂਕਿ ਤੇਰਾ ਸਭ ਤੋਂ ਵੱਡਾ ਨੇੜੇ ਦਾ ਬੇਲੀ ਹੋਵੇਗਾ। ਫਰੀਦ ਜੀ ਦੇ ਸ਼ਬਦ ਹੈ, ਉਹਦੇ ਵਿੱਚ ਦੋ ਲਾਈਨਾਂ ਬਿਲਕੁਲ ਨਾਲ ਨਾਲ ਨੇ,
ਕਹਿੰਦੇ ਨੇ ਮੈਂ ਜਦੋਂ ਇਸ ਸੰਸਾਰ ਦੀ ਖੂਹੀ ਤੇ ਆਇਆ ਉਦੋਂ ਖੂਹੀਆਂ ਇਕੱਤਰਤਾ ਦਾ ਕੰਮ ਹੁੰਦੀ ਸੀ। ਆਮ ਬਜ਼ੁਰਗ ਜਾਣਦੇ ਨੇ ਪਾਣੀ ਭਰਨ, ਇਸ਼ਨਾਨ ਕਰਨ, ਕੱਪੜੇ ਧੋਣ, ਸਾਧਨ ਇੱਕੋ ਸੀ ਪਿੰਡਾਂ ਵਿੱਚ ਖੂਹੀ। ਅਤੇ ਸਵੇਰੇ ਸ਼ਾਮ ਬੀਬੀਆਂ ਵੀ ਸਹੇਲੀਆਂ ਉੱਥੇ ਹੀ ਮਿਲਦੀਆਂ ਸਨ, ਖੂਹੀ ਤੋਂ ਪਾਣੀ ਭਰਨ ਸਾਰਿਆਂ ਨੇ ਜਾਣਾ। ਪਰ ਇੱਕ ਗੱਲ ਬੜੀ ਖੂਬਸੂਰਤ ਆਖ ਦਿੱਤੀ ਕਹਿਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲੱਗ ਪਈ ਹੈ, ਜੀਵਨ ਦੀਆਂ ਮੰਜ਼ਿਲਾਂ ਸਾਹਮਣੇ ਕਲੀਅਰ ਨਜ਼ਰ ਪੈਣ ਲੱਗ ਪੈਂਦੀਆਂ ਨੇ, ਭੁਲੇਖੇ ਨਹੀਂ ਲੈਂਦੇ। ਕਹਿਣ ਲੱਗੇ ਹੁਣ ਅਗਲੇ ਪਾਸੇ ਇਹਦਾ ਜਵਾਬ ਵੀ ਦੇ ਦਿੱਤਾ, ਨਿਰਾਸ਼ ਨਾ ਹੋ, ਕਿਤੇ ਸੰਸਾਰ ਨੂੰ ਪਰਦੇਸ਼ ਸਮਝ ਕੇ ਸੰਸਾਰ ਛੱਡਣ ਦੀ ਨਾ ਸੋਚਣ ਲੱਗ ਪਈ। ਕਹਿਣ ਲੱਗੇ ਜਵਾਬ ਵੀ ਇੱਕ ਥਾਂ ਤੇ ਕਹਿੰਦੇ ਨਾ ਕੋ ਸਾਥੀ ਨਾ ਕੋ ਬੇਲੀ, ਫਿਰ ਕਹਿੰਦੇ ਨੇ ਜੇ ਤੂੰ ਭਲੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਗੁਰੂ ਨਾਲ ਜੁੜ ਕੇ ਬੈਠਣਾ ਸਿੱਖ ਜਾਏ ਤੈਨੂੰ ਉਹ ਇੱਕ ਐਸਾ ਰੱਬ ਮਿਲਾ ਦੇਵੇਗਾ, ਇੱਕ ਐਸੇ ਪ੍ਰਭੂ ਦੇ ਨੇੜੇ ਕਰ ਦੇਵੇਗਾ, ਤੂੰ ਇਕੱਲਾ ਨਹੀਂ ਰਹੇਗਾ, ਤੈਨੂੰ ਦਿਸੇਗਾ ਉਹ ਬੇਲੀ, ਉਹ ਮਿੱਤਰ, ਬੇਲੀ ਦਾ ਮਿੱਤਰ, ਪੁਰਾਣੀ ਬੋਲੀ, ਮੇਰਾ ਮਿੱਤਰ ਹਮੇਸ਼ਾ ਨਾਲ ਰਹਿੰਦਾ। ਕਹਿਣ ਲੱਗੇ ਘਰ ਕਿਰਪਾ ਸਾਧ ਸੰਗ ਮੇਲੀ ਜਾਂ ਫਿਰ ਦੇਖਾ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਸਾਈ ਬੁੱਲੇ ਸ਼ਾਹ ਦੀ ਗੱਲ ਯਾਦ ਆਈ, ਉਹ ਕਹਿੰਦਾ ਬੁੱਲਾ ਨਾ ਇਕੱਲਾ, ਬੁੱਲੇ ਨਾਲ ਅੱਲਾ, ਜਿਹਦੇ ਨਾਲ ਅੱਲਾ, ਜਿਹਦੇ ਨਾਲ ਰੱਬ ਹੈ, ਉਹ ਕਿਤੇ ਵੀ ਚਲਾ ਜਾਏ, ਕਿਸੇ ਦੇਸ਼ ਵਿੱਚ ਰਹੇ, ਕਿਸੇ ਵਤਨ ਵਿੱਚ ਰਹੇ, ਉਹਦੀ ਖੈਰ ਖੁਆਈ, ਉਹਦੀ ਵਫਾਦਾਰੀ ਮੇਰਾ ਰੱਬ ਨਿਭਾਉ, ਉਹ ਸੇਫ ਰਹਿੰਦਾ, ਉਹਦੇ ਲਈ ਉਹ ਪ੍ਰਦੇਸ਼ ਵੀ ਦੇਸ਼ ਬਣ ਜਾਂਦਾ। ਕਹਿਣ ਲੱਗੇ ਜੀਏ ਪਰਦੇਸ
ਬੱਚੀ ਨਾਲ ਵੀ ਸੰਬੋਧਨ ਹੋਣਾ ਚਾਹੁੰਦਾ ਜਿਨ੍ਹਾਂ ਪਰਦੇਸ ਨੂੰ ਦੇਸ਼ ਕਰ ਵਿਖਾਇਆ, ਪਰਦੇਸ ਨੂੰ ਦੇਸ਼ ਕਰ ਵਿਖਾਇਆ। ਹੁਣ ਤਾਂ ਇਹ ਨਹੀਂ ਆਖ ਸਕਦੀ ਨਾ ਵੀ ਇਹ ਮੇਰਾ ਦੇਸ਼ ਨਹੀਂ। ਬੱਚੀ ਆਈ ਬੈਠੀ ਹੈ ਤੁਹਾਡੇ ਵਿੱਚ ਜਿਹੜੀ ਅੱਜ ਮਿਨਿਸਟਰੀ ਦੀ ਸਤਾ 'ਤੇ ਪਾਰਲੀਮੈਂਟ ਵਿੱਚ ਪਹੁੰਚੀ। ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਮੁਖਾਤਬ ਕਰਕੇ ਬੱਚੀ ਨੂੰ ਗੁਰਬਾਣੀ ਵਿੱਚੋਂ, ਜ਼ਿੰਦਗੀ ਅੰਦਰ ਕੋਈ ਪਦਵੀ ਕੋਈ ਰਿਸ਼ਤਾ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੁੰਦਾ। ਤੁਸੀਂ ਦੇਖ ਹੀ ਰਹੇ ਹੋ ਪੰਜਾਬ ਵਿੱਚ ਪਦਵੀਆਂ ਵਾਲੇ ਹੁਣ ਕਿਵੇਂ ਰੋਲ ਰਹੇ ਨੇ, ਅੰਦਰੋਂ ਦਰਵਾਜ਼ਿਓਂ ਨਿਕਲਣਾ ਔਖਾ ਹੋਇਆ ਪਿਆ। ਪਦਵੀ ਸਭ ਕੁਛ ਨਹੀਂ ਹੁੰਦੀ, ਹਰ ਪਦਵੀ ਹਰ ਰਿਸ਼ਤਾ ਆਪਣੇ ਦੁਆਲੇ ਜ਼ਿੰਮੇਵਾਰੀਆਂ ਦਾ ਇੱਕ ਸੰਗ੍ਰਹਿ ਲੈ ਕੇ ਆਉਂਦੀ ਹੈ। ਮੈਂ ਇਹ ਗੱਲ ਬੱਚੀ ਤੱਕ ਸਮਝਾਉਣਾ ਚਾਹੁੰਦਾ, ਜੇ ਘਰ ਵੀ ਜਾ ਕੇ ਇੱਥੇ ਹੋ ਸਕਦਾ ਕਈ ਵਾਰੀ ਪੰਜਾਬੀ ਕਮਜ਼ੋਰ ਹੁੰਦੀ ਹੈ ਅਤੇ ਨਾ ਸਮਝਾਵੇ ਤਾਂ ਮੈਨੂੰ ਵਿਸ਼ਵਾਸ ਹੈ ਯਾਦ ਹੈ ਬੋਲਦੀ ਹੈ ਪੰਜਾਬੀ। ਚਲੋ, ਜ਼ਿੰਮੇਵਾਰੀਆਂ ਬਦਲਦੀਆਂ ਨੇ ਪਦਵੀ ਨਾਲ, ਰਿਸ਼ਤਿਆਂ ਨਾਲ ਜ਼ਿੰਮੇਵਾਰੀਆਂ ਬਦਲਦੀਆਂ ਨੇ ਅਤੇ ਉਹ ਜ਼ਿੰਮੇਵਾਰੀਆਂ ਮਨੁੱਖ ਨੂੰ ਅਹਿਸਾਸ ਕਰਾਉਂਦੀਆਂ ਨੇ ਤੇਰੀ ਆਹ ਪਦਵੀ ਹੈ, ਤੇਰਾ ਆਹ ਰਿਸ਼ਤਾ ਹੈ, ਹੁਣ ਤੂੰ ਇੱਥੇ ਪਹੁੰਚਿਆ ਹੈ, ਇਹਦੇ ਨਾਲ ਤੇਰੀਆਂ ਆਹ ਜ਼ਿੰਮੇਵਾਰੀਆਂ ਬਣਦੀਆਂ ਨੇ। ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਉਦਾਹਰਣ ਦੇਣਾ ਚਾਹੁੰਦਾ। ਅਸੀਂ ਗੁਰੂ ਤਾਂ ਨਹੀਂ ਬਣ ਸਕਦੇ ਪਰ ਗੁਰੂ ਦੀ ਪ੍ਰੇਰਨਾ ਲੈਣ ਵਾਲੇ ਉਹਦੇ ਸਿੱਖ ਤੇ ਹੋ ਸਕਦੇ ਹਨ। ਉਹਦੇ ਜੀਵਨ ਤੋਂ ਇੱਕ ਪ੍ਰੇਰਨਾ ਸਾਹਮਣੇ ਰੱਖਣਾ ਚਾਹੁੰਦਾ ਐਗਜ਼ਾਮਪਲ ਵਜੋਂ ਵੀ ਗੁਰੂ ਨਾਨਕ ਨੂੰ ਭਾਈ ਗੁਰਦਾਸ ਨੇ ਵੀ ਆਖ ਦਿੱਤਾ, ਗੁਰਬਾਣੀ ਨੇ ਵੀ ਕਹਿ ਦਿੱਤਾ, ਭਾਈ ਗੁਰਦਾਸ ਜੀ ਨੇ ਵੀ ਕਿਹਾ, ਜਗਤ ਗੁਰੂ ਗੁਰੂ ਨਾਨਕ ਦੇਵ ਇੱਕ ਪਦਵੀ ਸੀ। ਜਗਤ ਗੁਰੂ ਹੋਣਾ ਪਦਵੀ, ਇਹ ਜਗਤ ਦਾ ਗੁਰੂ ਹੈ। ਹੁਣ ਆਓ ਭਾਈ ਗੁਰਦਾਸ ਜੀ ਦੀ ਉਸ ਤੋਂ ਕੋਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਸ ਤੋਂ ਕੋਲ। ਬਾਬੇ ਨੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਆਖਦੇ ਹਾਂ, ਉਹਨੇ ਮਹਿਸੂਸ ਕੀਤਾ ਮੈਨੂੰ ਇੱਕ ਪਦਵੀ ਮਿਲੀ ਹੈ, ਉਹ ਕਿਹੜੀ? ਜਗਤ ਗੁਰੂ ਦੀ, ਜਗਤ ਗੁਰੂ ਦੀ। ਰੱਬ ਨੇ ਉਹਦੇ ਕੋਲ ਪੁੱਛਿਆ, ਜਿਵੇਂ ਸਰਕਾਰਾਂ ਸੈਂਟਰ ਵੀ ਮਿਨਿਸਟਰਾਂ ਕੋਲ ਪੁੱਛਦੇ ਨੇ, ਤੈਨੂੰ ਆਪਣੇ ਹਲਕੇ ਲਈ ਕੀ ਚਾਹੀਦਾ, ਕੀ ਸਹੂਲਤ ਹੈ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਸਾਰਿਆਂ ਨੂੰ। ਰੱਬ ਨੇ ਗੁਰੂ ਨਾਨਕ ਕੋਲੋਂ ਪੁੱਛਿਆ, ਤੂੰ, ਤੈਨੂੰ ਸੰਸਾਰ ਨੇ ਜਗਤ ਗੁਰੂ ਦੀ ਪਦਵੀ ਦਿੱਤੀ, ਤੂੰ ਕੀ ਚਾਹੁੰਦਾ? ਕਹਿਣ ਲੱਗਾ, ਜੀ ਜਗਤ ਜਲੰਧਰ ਰੱਖ ਲੈ। ਗੱਲ ਤੇ ਹੋਈ ਸੀ, ਮੈਨੂੰ ਜੇ ਪਦਵੀ ਮਿਲੀ ਜਗਤ ਵਾਲੀ ਗੁਰੂ ਦੀ ਤੇ ਮੈਂ ਜਗਤ ਲਈ ਸੁੱਖ ਮੰਗਣੀ ਹੈ, ਇਹ ਇੱਕ ਜ਼ਿੰਮੇਵਾਰੀ ਸੀ। ਮੈਂ ਗੁਰਬਾਣੀ ਦੀ ਐਗਜ਼ਾਮਪਲ ਦੇ ਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤੇ ਬੱਚੀ ਨੂੰ ਗੁਰਬਾਣੀ ਦੀ ਐਗਜ਼ਾਮਪਲ ਵਿੱਚੋਂ ਗੱਲ ਸਮਝਾਉਣਾ ਚਾਹੁੰਦਾ। ਗੁਰੂ ਨਾਨਕ ਨੂੰ ਪਦਵੀ ਮਿਲਦੀ ਹੈ ਜਗਤ ਗੁਰੂ ਗੁਰੂ ਨਾਨਕ ਦੇਵ ਦੀ, ਤੇ ਜਦੋਂ ਬਾਬੇ ਕੋਲੋਂ ਪੁੱਛਿਆ ਜਾਂਦਾ ਤੂੰ ਕੀ ਚਾਹੁੰਦਾ, ਤੇ ਉਹ ਕਹਿੰਦਾ, ਜੀ ਮੇਰੀ ਪਦਵੀ ਨਾ ਗੋਚੇ, ਇਸ ਲਈ ਮੇਰੇ ਜਗਤ ਨੂੰ ਖੁਸ਼ ਕਰੋ, ਉਹਨੂੰ ਸੁਖੀ ਰੱਖੋ, ਜਗਤ ਜਲੰਧਰ ਰੱਖ ਲੈ। ਇਸ ਲਈ ਭਾਈ ਗੁਰਦਾਸ ਜੀ ਨੇ ਇਹ ਗੱਲ ਕਹਿਤੀ, ਬਾਬਾ ਦੇਖੇ ਦੇਹੰਦਰ ਜਲਤੀ ਸਭ ਪ੍ਰਿਥਵੀ ਦਿਸਾਈ, ਬਾਜੋ ਉਹਨੇ ਹਰ ਪਾਸੇ ਨਿਗਾਹ ਰੱਖੀ, ਮੈਨੂੰ ਜਿਸ ਜਗਤ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਹਦੇ ਵਿੱਚ ਕੋਈ ਦੁਖੀ ਤਾਂ ਨਹੀਂ। ਲਓ ਆਹ ਜ਼ਿੰਮੇਵਾਰੀ ਹੈ ਜਿਹੜੀ ਤੁਹਾਡੇ ਕੋਲ ਪਹੁੰਚੀ ਹੈ, ਕੋਈ ਦੁਖੀ ਤਾਂ ਨਹੀਂ। ਬਾਬਾ ਦੇਖੇ ਦੇਹੰਦਰ ਜਲਤੀ ਸਭ ਪ੍ਰਿਥਵੀ ਦਿਸਾਈ,
ਤੇ ਇੱਥੇ ਬਸ ਨਹੀਂ, ਅਗਲੇ ਪਾਸੇ ਫਿਰ ਲਫ਼ਜ਼ ਭਾਈ ਸਾਹਿਬ ਨੇ ਜਗਤ ਵਰਚਿਆ, ਕਹਿਣ ਲੱਗੇ ਗੁਰੂ ਨਾਨਕ ਦੀ ਹਿੰਮਤ, ਗੁਰੂ ਨਾਨਕ ਦੀ ਸੋਚ, ਗੁਰੂ ਨਾਨਕ ਦਾ ਆਪਣੇ ਜਗਤ ਪ੍ਰਤੀ, ਆਪਣੇ ਸੰਸਾਰ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਉਣ ਦਾ ਪ੍ਰਤੀਕ ਕੀ ਸੀ ਕਿ ਭਇਆ ਆਨੰਦ ਜਗਤ ਵਿੱਚ। ਉਹ ਵੀ ਗੱਲ ਜਗਤ ਦੀ, ਰਵਿਦਾਸ ਜੀ ਨੇ ਲਫ਼ਜ਼ ਉਹ ਹੀ ਵਰਤਿਆ। ਕਹਿਣ ਲੱਗੇ ਹੋਇਆ ਕਿ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਉੱਥੇ ਲਫ਼ਜ਼ ਤਿੰਨਾਂ ਥਾਵਾਂ 'ਤੇ ਜਗਤ ਹੈ, ਜਗਤ ਗੁਰੂ ਗੁਰੂ ਨਾਨਕ ਦੇਵ, ਜਗਤ ਜਲੰਧਰ ਰੱਖ ਲੈ, ਭਇਆ ਆਨੰਦ ਜਗਤ ਵਿੱਚ ਕਲ ਤਾਰ। ਇਹ ਹੈ ਜਿਸ ਪਦਵੀ 'ਤੇ ਗੁਰੂ ਨਾਨਕ ਆਇਆ ਉਸ ਪਦਵੀ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਸੰਸਾਰ ਦਾ ਭਲਾ ਹਮੇਸ਼ਾ ਸੁਖ ਮੰਗਿਆ। ਉਹਦਾ ਨਤੀਜਾ ਕੀ ਹੋਇਆ? ਉਹਦਾ ਨਤੀਜਾ ਇਹ ਹੋਇਆ ਕਿ ਅੱਜ 550 ਵਰ੍ਹਾ ਬੀਤ ਗਿਆ, ਅੱਜ ਤੱਕ ਵੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ 550 ਵਰ੍ਹਾ ਵਿੱਚ ਗੁਰੂ ਨਾਨਕ ਦੀ ਪਦਵੀ ਕੋਈ ਹੋਰ ਨਹੀਂ ਲੈ ਸਕਿਆ, ਜਗਤ ਗੁਰੂ ਗੁਰੂ ਨਾਨਕ ਦੇਵ। ਇਸ ਲਈ ਜੇ ਆਪਣੀ ਜ਼ਿੰਮੇਵਾਰੀ ਭੁਗਤਾਓਗੇ ਉਸੇ ਤਰ੍ਹਾਂ ਬੇਟਾ ਜ਼ਿੰਮੇਵਾਰੀ ਨਾਲ, ਤੇ ਫਿਰ ਤੁਹਾਡੀ ਪਦਵੀ ਕਿਸੇ ਹੋਰ ਕੋਲ ਨਹੀਂ ਜਾਏਗੀ, ਇਹ ਸੁਰੱਖਿਅਤ ਹੋ ਜਾਏਗੀ। ਗੁਰੂ ਨਾਨਕ ਦੇ ਉਹਨਾਂ ਲਫ਼ਜ਼ਾਂ ਦੀ ਪ੍ਰੇਰਨਾ ਹਿਰਦੇ ਵਿੱਚ ਰੱਖ ਲਓ ਕਿ ਅਸੀਂ ਦੇਸ਼ ਨੂੰ ਪ੍ਰਦੇਸ਼ ਨਹੀਂ ਬਣਨ ਦੇਣਾ, ਪ੍ਰਦੇਸ਼ ਨੂੰ ਦੇਸ਼ ਬਣਾਉਣਾ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾਚਿਕਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।